ਅੱਜ ਅਪੋਸਟਲ ਅੰਕੁਰ ਨੋਲਾ ਮਿਨਿਸਟਰੀ ਵੱਲੋਂ ਖਾਂਡਰਾ ਚਰਚ ਵੱਲੋਂ ਸ਼ਿਮਲਾ ਦੇ ਵਿੱਚ ਪਾਸਟਰ ਅਮਨ ਬਾਟੀਆ ਜੀ ਦੀ ਚਰਚ ਦੇ ਵਿੱਚ ਜੋ ਲੋੜਵੰਦ ਪਰਿਵਾਰ ਸੀ, ਆਪਾਂ ਨੂੰ ਪਤਾ ਪਿਛਲੇ ਦਿਨਾਂ ਦੇ ਵਿੱਚ ਇੱਥੇ ਲੋਕਡਾਊਨ ਚੱਲ ਰਿਹਾ ਸੀ ਔਰ ਜਿਹਦੇ ਨਾਲ ਕਾਫੀ ਲੋਕਾਂ ਨੂੰ ਜੋ ਰਾਸ਼ਨ ਦੇ ਵਿੱਚ ਖਾਣੇ ਦੇ ਵਿੱਚ ਤੰਗੀ ਆ ਰਹੀ ਸੀ, ਜਿਹਨਾਂ ਨੂੰ ਖਾਣ ਲਈ ਘਰ ਖਾਣਾ ਨਹੀਂ ਸੀ, ਉਹਨਾਂ ਨੂੰ ਅੱਜ ਅਪੋਸਟਲ ਅੰਕੁਰ ਨੋਲਾ ਮਿਨਿਸਟਰੀ ਵੱਲੋਂ ਖਾਂਬਰਾ ਚਰਚ ਵੱਲੋਂ ਰਾਸ਼ਨ ਦਿੱਤਾ ਜਾ ਰਿਹਾ ਵਾ। ਔਰ ਮੈਂ ਧੰਨਵਾਦ ਕਰਦਾ ਪਰਮੇਸ਼ੁਰ ਦਾ ਕਿ ਪਰਮੇਸ਼ੁਰ ਨੇ ਆਪਣੇ ਦਾਸ ਨੂੰ ਅਪੋਸਟਲ ਅੰਕੁਰ ਨੋਲਾ ਜੀ ਨੂੰ ਔਰ ਮੇਰੇ ਬ੍ਰਦਰ ਪਾਸਟਰ ਅਮਨ ਬਾਟੀਆ ਜੀ ਨੂੰ ਇਹ ਬਲ ਬਖਸ਼ਿਆ ਕਿ ਜਿਹੜਾ ਇਹ ਐਡਾ ਵੱਡਾ ਜਿਹੜਾ ਕਾਰਜ ਆਪਾਂ ਕਰ ਰਹੇ ਹਾਂ ਪ੍ਰਭੂ ਦੀ ਕਿਰਪਾ ਦੇ ਨਾਲ, ਔਰ ਜਿਹੜੀ ਸਾਰੀ ਟੀਮ ਅੰਕੁਰ ਨੋਲਾ ਮਿਨਿਸਟਰੀ ਖਾਂਬਰਾ ਚਰਚ ਦੀ, ਜਿਹੜੇ ਸਾਡੇ ਸਾਰੇ ਟੀਮ ਹੈ ਬ੍ਰਦਰ ਸੁਖਦੇਵ ਜੀ ਇਹਨਾਂ ਦੇ ਨਾਲ ਸਾਰੀ ਜਿਹੜੀ ਟੀਮ ਹੈ, ਮੈਂ ਧੰਨਵਾਦ ਕਰਦਾ ਇਹਨਾਂ ਦਾ ਵੀ ਕਿ ਬੜੀ ਤਹਿ ਦਿਲੋਂ ਇਹ ਸੇਵਾ ਕਰ ਰਹੇ ਨੇ ਪਰਮੇਸ਼ੁਰ ਦੀ। ਔਰ ਪਰਮੇਸ਼ੁਰ ਇੱਦਾਂ ਹੀ ਸਾਰਿਆਂ ਨੂੰ ਬਲ ਬਖਸ਼ੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਨਹੀਂ ਪੂਰੇ ਵਰਲਡ ਦੇ ਵਿੱਚ ਆਪਾਂ ਪਰਮੇਸ਼ੁਰ ਦੇ ਨਾਮ ਨੂੰ ਇੱਦਾਂ ਵਧਾਉਂਦੇ ਜਾਈਏ ਔਰ ਇਹਦੇ ਸੇਵਾ ਕਰਦੇ ਜਾਈਏ। ਸਾਰਿਆਂ ਨੂੰ ਮੇਰੇ ਵੱਲੋਂ ਜੈ ਸ਼੍ਰੀ ਧੰਨਵਾਦ।